ਸੰਗਰੂਰ ਪਾਰਲੀਮਾਨ ਦੀ ਸੀਟ ਲਈ ਵੀ ਚੋਣਾਂ ਦਾ ਅਮਨ ਨਿਰਵਿਘਨ ਢੰਗ ਨਾਲ ਪੂਰਾ ਹੋਇਆ ਅਤੇ ਸ਼ਾਮ 6 ਵਜੇ ਤੋਂ ਬਾਅਦ ਕਈ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਨੂੰ ਵੋਟ ਪਾਉਂਦੇ ਦੇਖਿਆ ਗਿਆ। ਇਸ ਪਾਰਲੀਮਾਨੀ ਸੀਟ ਦੀਆਂ ਚੋਣਾਂ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ। ਵਧੇਰੇ ਜਾਣਕਾਰੀ ਲਈ ਸੰਗਰੂਰ ਤੋਂ ਨੁਮਾਇੰਦੇ ਰਾਣਾ ਰਟੌਲ ਤੋਂ ਜਾਣਾਂਗੇ ਤਾਜ਼ਾ ਸਥਿਤੀ। ਆਈ ਫੀਲ ਵੈਰੀ ਹੈਪੀ, ਸੋ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਹਰੇਕ ਨੂੰ ਅਵੇਅਰ ਹੋਣਾ ਚਾਹੀਦਾ, ਆਪਣੀ ਵੋਟ ਦਾ ਯੂਜ਼ ਕਰਨਾ ਚਾਹੀਦਾ। ਮੈਂ ਕਹਿ ਰਹੀ ਵੀ ਅੱਜ ਮੈਂ ਫਸਟ ਟਾਈਮ ਵੋਟ ਪਾਈ ਅਤੇ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਸੀ ਅਤੇ ਸਭ ਨੂੰ ਆ ਕੇ ਵੋਟ ਪਾਉਣੀ ਚਾਹੀਦੀ ਹੈ। ਮੇਰਾ ਨਾਮ ਮੱਕੋ ਰਾਣੀ ਹੈ, ਅੱਜ ਮੈਂ ਆਪਣੀ ਪਹਿਲੀ ਵੋਟ ਪਾਈ ਹੈ। ਇੱਥੇ ਬਹੁਤ ਸਾਰੀਆਂ ਫੈਸਿਲਿਟੀਜ਼ ਮਿਲੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ।